ਬੀਤੀ ਰਾਤ ਤਰਨ ਤਾਰਨ ਦੇ ਅਧੀਨ ਆਉਂਦੇ ਕੱਚਾ ਪੱਕਾ ਦੀਆਂ ਨਹਿਰਾਂ ਵਿੱਚ ਐਕਸੀਡੈਂਟ ਦੌਰਾਨ ਇੱਕ ਹੋਂਡਾ ਸਿਟੀ ਕਾਰ ਨਹਿਰ ਵਿੱਚ ਡਿੱਗ ਪਈ ਅਤੇ ਕਾਰ ਵਿੱਚ ਸਵਾਰ ਦੋ ਨੌਜਵਾਨ ਪਟਵਾਰੀਆਂ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਰਣਜੋਤ ਸਿੰਘ ਵਾਸੀ ਨਾਰਲੀ ਅਤੇ ਹਰਜਿੰਦਰ ਸਿੰਘ ਵਾਸੀ ਭੀਖੀਵਿੰਨ ਵਜੋਂ ਹੋਈ ਹੈ, ਜੋ ਕਿ ਬਤੌਰ ਮੌਜੂਦਾ ਪਟਵਾਰੀ ਸਨ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਬੀਤੀ ਰਾਤ ਦਾ ਕਰੀਬ ਹਰੀਕੇ ਵਾਲੀ ਸਾਈਡ ਤੋਂ ਆ ਰਹੇ ਦੋਵਾਂ ਨੌਜਵਾਨਾਂ ਦੀ ਕਾਰ, ਜੋ ਕਿ ਅਚਾਨਕ ਆਊਟ ਆਫ ਬੈਲੈਂਸ ਹੋ ਕੇ ਥਾਣਾ ਕੱਚਾ ਪੱਕਾ ਨਜ਼ਦੀਕ ਬਣੀ ਨਹਿਰ ਵਿੱਚ ਜਾ ਡਿੱਗੀ, ਜਿਸ ਨਾਲ ਪਾਣੀ ਜ਼ਿਆਦਾ ਹੋਣ ਕਰਕੇ ਗੱਡੀ ਨਹਿਰ ਵਿੱਚ ਹੀ ਡੁੱਬ ਗਈ ਅਤੇ ਗੱਡੀ ਵਿੱਚ ਮੌਜੂਦ ਦੋਵੇਂ ਪਟਵਾਰੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਉੱਥੇ ਇਸ ਦੁਖਦਾਈ ਖਬਰ ਨਾਲ ਪੂਰੇ ਇਲਾਕੇ ਅਤੇ ਜ਼ਿਲ੍ਹੇ ਵਿੱਚ ਸੋਗ ਦੀ ਲਹਿਰ ਹੈ ਅਤੇ ਵੱਖ ਵੱਖ ਸਿਆਸੀ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਸ਼ਾਮਲ ਹੋ ਰਹੇ ਹਨ। ਦੱਸ ਦਈਏ ਕਿ ਮ੍ਰਿਤਕ ਪਟਵਾਰੀ ਹਰਜਿੰਦਰ ਸਿੰਘ, ਜਿਸ ਦਾ ਵਿਆਹ ਮੈਚ 6 ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਉਸਦੇ ਘਰ ਵਿੱਚ ਪਤਨੀ ਤੋਂ ਇਲਾਵਾ ਉਸਦੀ ਮਾਂ ਹੀ ਮੌਜੂਦ ਹੈ। ਉੱਧਰ ਪਟਵਾਰੀ ਰਣਜੋਤ ਸਿੰਘ ਆਪਣੇ ਪਿੱਛੇ ਇੱਕ ਭਰਾ, ਮਾਂ ਅਤੇ ਚਾਚੇ ਤਾਏ ਛੱਡ ਕੇ ਦੁਨੀਆ ਤੋਂ ਰੁਖਸਤ ਹੋ ਗਿਆ। ਜਿਹੜਾ ਐਕਸੀਡੈਂਟ ਹੋਇਆ ਰਾਤ ਦੇ ਵਿੱਚ ਦੋ ਪਟਵਾਰੀਆਂ ਦਾ, ਬੜੀ ਮਨਭਾਗੀ ਘਟਨਾ ਹੋਈ ਹੈ ਜੀ। ਸੁਣ ਕੇ ਸਾਨੂੰ ਤਾਂ ਇਹਦਾ ਯਕੀਨ ਨਹੀਂ ਆਉਣ ਡਿਆ। ਸਾਡਾ ਤਾਂ ਬੱਚਿਆਂ ਵਰਗਾ ਸੀ ਦਿੰਦਰ, ਮੇਰੇ ਕੋਲ ਇਹਨੇ ਟ੍ਰੇਨਿੰਗ ਲਈ, ਸਾਡਾ ਦਫ਼ਤਰ ਵੀ ਇਕੱਠਾ ਇਕੱਠੇ ਰਹੇ ਹਾਂ। ਸਾਨੂੰ ਤਾਂ ਅਜੇ ਤੱਕ ਯਕੀਨ ਨਹੀਂ ਆਉਣ ਡਿਆ ਵੀ ਆਹ ਕੰਮ ਹੋ ਗਿਆ, ਯਕੀਨ ਨਹੀਂ ਆਉਣ ਡਿਆ। ਇਹ ਗੁਰਜੋਤ ਹਰਜਿੰਦਰ ਇਹ ਆ ਕਿੱਧਰੋਂ ਰਹੇ ਸੀ? ਸ਼ਾਇਦ ਹਰੀਕੇ ਗਏ ਸੀ, ਉੱਥੇ ਕੋਈ ਮੀਟਿੰਗ ਮਾਟਿੰਗ ਸੀ, ਉੱਥੇ ਕਿਸੇ ਨੂੰ ਮਿਲਣਾ ਇਹਨਾਂ ਨੂੰ, ਮਿਲ ਕੇ ਉੱਥੇ ਆਇਆ ਨੂੰ ਆ ਰਹੇ ਸੀ। ਅਤੇ ਕਿੰਨੇ ਵਜੇ ਦੀ ਘਟਨਾ ਜੀ ਰਾਤ? 10:30 ਵਜੇ ਦੀ ਰਾਤ। ਫਿਲਹਾਲ ਹੁਣ ਡੈੱਡ ਬੋਡੀਆਂ ਕਿੱਥੇ? ਅਸਲ ਪੱਟੀ ਲੈ ਜੀ, ਹੁਣ ਪੋਸਟਮਾਰਟਮ ਹੋਏਗਾ, ਉਸ ਤੋਂ ਬਾਅਦ ਫਿਰ ਰਾਤ ਨੂੰ ਉੱਥੇ ਪੱਟੀ ਲੈ ਗਏ ਸੀ ਇਸ ਹੋਸਪਿਟਲ। ਹਾਂਜੀ ਭਾਅ ਜੀ, ਇਹ ਜਿਹੜਾ ਐਕਸੀਡੈਂਟ ਹੋਇਆ ਅਤੇ ਕੀ ਗੱਲ ਹੋਈ ਅਤੇ ਕੀ ਬਣੀ ਗੱਲ? ਭਾਅ ਜੀ ਮੈਂ ਆਪਣੇ ਅੰਮ੍ਰਿਤਸਰ ਤੋਂ ਵਾਪਸ ਆਇਆ ਸੀ, ਮੈਨੂੰ ਮੇਰੇ ਫਰੈਂਡ ਦਾ ਫੋਨ ਆਇਆ, ਇਹ ਸਾਰੇ ਇਕੱਠੇ ਬੈਠੇ ਸੀ, ਇੱਕ ਸੀ ਰਣਜੋਤ ਸਿੰਘ, ਹਰਜਿੰਦਰ ਸਿੰਘ ਅਤੇ ਜਰਮਨ। ਅਤੇ ਮੈਨੂੰ ਅਚਾਨਕ ਜਦੋਂ ਮੈਂ ਘਰ ਆਇਆ ਅਤੇ ਮੈਨੂੰ ਜਰਮਨ ਦਾ ਫੋਨ ਆਇਆ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਕੱਚੇ ਪੱਕੇ। ਅਤੇ ਮੈਂ ਜਲਦੀ ਜਲਦੀ ਇੱਥੋਂ ਨਿਕਲਿਆ ਜਦੋਂ ਕੱਚੇ ਪੱਕੇ ਨੂੰ, ਅਤੇ ਉੱਥੇ ਜਾ ਕੇ ਪਹੁੰਚਿਆ ਅਤੇ ਉਹ ਕਹਿੰਦੇ ਆ ਜੀ ਗੱਡੀ ਲੈ ਗਈ ਇਹਨਾਂ ਨੂੰ ਪੱਟੀ ਸਿਵਲ ਹੋਸਪਿਟਲ। ਪਰ ਮੈਨੂੰ ਉੱਥੇ ਬਜ਼ੁਰਗ ਨੇ ਉਹਨਾਂ ਨੇ ਦੱਸਤਾ ਕਿ ਕਹਿੰਦੇ ਉੱਥੋਂ ਗੱਡੀ ਨਾ ਭਜਾ ਕੇ ਜਾ ਕੇ ਜਾਈ, ਹੁਣ ਫਾਇਦਾ ਕੋਈ ਨਹੀਂ ਆ, ਪੂਰੇ ਹੋ ਚੁੱਕੇ ਆ। ਅਤੇ ਮੈਂ ਉੱਥੋਂ ਫਿਰ ਜ਼ਿਆਦਾ ਦੇਰ ਨਹੀਂ ਠਹਿਰਿਆ, ਮੈਨੂੰ ਜਲਦੀ ਸੀ ਇਹਨਾਂ ਦੀ, ਮੈਂ ਯਕੀਨ ਨਹੀਂ ਕਰਦਾ ਪਿਆ ਇਹਨਾਂ ਦੀ ਗੱਲ ਆ। ਮੈਨੂੰ ਇਹ ਸੀ ਚੱਲ ਯਾਰ ਸੱਟ ਲੱਗੀ ਹੋਊਗੀ, ਮੇਰਾ ਹੁਣ ਆਪਣਾ ਭਰਾ ਵਾ ਮੇਰਾ, ਮੈਂ ਤੁਹਾਨੂੰ ਹੁਣ ਕਿੱਦਾਂ ਦੱਸਾਂਗੇ। ਮੈਨੂੰ ਇਹੀ ਮਾਂ ਸੱਟ ਪਿੱਟ ਲੱਗ ਜੇ ਠੀਕ ਆ, ਲੱਤ ਬਾਂਹ ਵੀ ਟੁੱਟ ਜੂਗੀ, ਮੈਨੂੰ ਮਨਜ਼ੂਰ ਆ, ਪਰ ਬਸ ਇਹਦੀ ਜਾਨ ਬਚਣੀ ਚਾਹੀਦੀ ਆ, ਮੈਨੂੰ ਹੋਰ ਵੀ ਕੁਛ ਵੀ ਚਾਹੀਦਾ। ਜਦੋਂ ਮੈਂ ਉੱਥੇ ਜਾ ਕੇ ਵੇਖਿਆ, ਮੈਂ ਦੋ ਐਂਬੂਲੈਂਸ ਲੱਗੀ ਆ, ਇੱਕ ਐਂਬੂਲੈਂਸ ਦੇ ਵਿੱਚ ਰਣਜੋਤ ਸਿੰਘ ਨੂੰ ਲਟਾਇਆ ਹੋਇਆ ਸੀ, ਦੂਸਰੀ ਐਂਬੂਲੈਂਸ ਦੇ ਵਿੱਚ ਹਰਜਿੰਦਰ ਸਿੰਘ ਨੂੰ ਲਟਾਇਆ ਹੋਇਆ ਸੀ। ਅਤੇ ਮੈਂ ਬਹੁਤ ਆਵਾਜ਼ਾਂ ਮਾਰੀਆਂ ਇਹਨਾਂ ਦੋਵਾਂ ਨੂੰ, ਮੈਂ ਕਿਹਾ ਯਾਰ ਉੱਠੋ, ਭਰਾ ਆਇਆ ਮੈਂ ਤੁਹਾਡਾ ਆਇਆ ਵਾਂ, ਉੱਠੋ ਯਾਰ ਜੀ। ਪਰ ਮੈਨੂੰ ਕਿਸੇ ਨੇ ਕੋਈ ਰਿਸਪੋਂਸ ਨਹੀਂ ਕੀਤਾ ਮੈਨੂੰ। ਇਹ ਹਰਜਿੰਦਰ ਸਿੰਘ ਦਾ ਮੈਰਿਡ ਕਿੰਨਾ ਚਿਰ ਹੋਇਆ ਹੋਈ? ਇਹਨਾਂ ਦੀ ਫਰਵਰੀ 'ਚ ਹੋਈ ਹੈਗੀ। ਅਤੇ ਕੀ ਕੌਣ ਕੌਣ ਨੇ ਪਰਿਵਾਰ ਦੇ ਵਿੱਚ? ਪਰਿਵਾਰ ਦੇ ਵਿੱਚ ਜੀ ਇਹਦੇ ਮਦਰ ਨੇ, ਵਾਈਫ ਨੇ, ਅਤੇ ਇੱਕ ਇਹਨਾਂ ਦੇ ਕਜ਼ਨ ਰਹਿੰਦਾ ਇਹਨਾਂ ਦਾ ਇਹਨਾਂ ਕੋਲ, ਅਤੇ ਇਹਨਾਂ ਦੇ ਸਿਸਟਰ ਮੈਰਿਡ ਨੇ। ਅਤੇ ਇਹ ਹੋਰ ਕਿਹਦੇ ਕਿੰਨਾ ਚਿਰ ਹੋ ਗਿਆ ਇੱਥੇ ਇਹਨਾਂ ਨੇ ਡਿਊਟੀ ਲੱਗੀ? ਡਿਊਟੀ ਇੱਥੇ ਜੀ ਇਹਨਾਂ ਦੇ ਪਹਿਲਾਂ ਦੇ ਸਟਾਰਟਿੰਗ ਤੋਂ ਇਹਨਾਂ ਨੇ ਡਿਊਟੀ ਇੱਥੇ ਕਰਦਾ ਰਿਹਾ ਵਾ ਇਹਨਾਂ ਕੋਲ। ਸਾਡੇ ਇੱਥੇ ਹੈਗੇ ਜਗਦੀਸ਼ ਪਾਓ ਜੀ, ਕਣਗੋ ਸਾਹਿਬ, ਉਹਨਾਂ ਨੇ ਇਹਨਾਂ ਨੂੰ ਬੱਚਿਆਂ ਵਾਂਗੂ ਰੱਖਿਆ ਵਾ, ਪਾਓ ਰਾਮ ਪ੍ਰਕਾਸ਼ ਜੀ ਹਮੇਸ਼ਾ ਉਹ ਬੱਚਿਆਂ ਨੂੰ ਪਿਆਰ ਕਰਦੇ ਰਹੇ ਨੇ ਇਹਨਾਂ ਨੂੰ।
ਥੋੜ੍ਹਾ ਜਿਹਾ ਹੈਗਾ ਸੀਗਾ, ਸੁਭਾਅ ਵੀ ਬੱਚਿਆਂ ਵਾਲਾ ਸੀ, ਸਾਰਿਆਂ ਤੋਂ ਪਿਆਰ ਲੈਂਦਾ ਸੀ। ਅੱਜ ਤੱਕ ਜਿੰਨੇ ਤੱਕ ਪੂਰੇ ਜ਼ਿਲ੍ਹੇ ਵਿੱਚ ਤੁਸੀਂ ਕਹਿ ਲਓ, ਉਹਨਾਂ ਨੇ ਸਾਰਿਆਂ ਤੋਂ ਪਿਆਰ ਲਿਆ, ਡੀਸੀਆਂ ਤੱਕ, DRO ਤੱਕ, ਕਿ ਇਹਨੂੰ ਸਨਮਾਨਿਤ ਕੀਤਾ ਗਿਆ ਪ੍ਰੋਪਰ ਤੌਰ 'ਤੇ, ਕਿ ਸ਼ਾਇਦ ਇਹੋ ਜਿਹਾ ਪਟਵਾਰੀ ਨਹੀਂ ਹੋਊਗਾ ਕੋਈ ਵੀ। ਇਹਨੇ ਕਦੀ ਅੱਜ ਤੱਕ ਕੋਈ ਗੁਮਾਨ ਨਹੀਂ ਕੀਤਾ, ਕੋਈ ਮਾਣ ਨਹੀਂ ਸੀ ਹਾਂ ਕਿ ਮੈਂ ਪਟਵਾਰੀ ਹਾਂ, ਮੈਨੂੰ ਇੰਨਾ ਕੰਮ ਆਉਂਦਾ। ਜਿਹੜੇ ਦੂਜੇ ਰਣਜੋਤ ਸਿੰਘ ਨੇ, ਉਹ ਨਾਰਲੀ ਪਿੰਡ ਦੇ ਜੀ, ਨਾਰਲੀ ਪਿੰਡ ਦੇ, ਉਹਨਾਂ ਦੀ ਕਿੱਥੇ ਡਿਊਟੀ ਸੀ? ਉਹਨਾਂ ਡਿਊਟੀ ਇਸ ਵਕਤ ਝਵਾਲ ਸਾਈਡ ਸੀ। ਫਿਲਹਾਲ ਇਹ ਪੁਲਿਸ ਵੱਲੋਂ ਕੋਈ ਆਈ ਪਹੁੰਚੀ, ਪੁਲਿਸ ਵੱਲੋਂ ਕੀਤੀ ਗਈ? ਪੁਲਿਸ ਰਾਤੀ ਜੀ ਉਦੋਂ ਹੀ ਉਸ ਟਾਈਮ 'ਤੇ ਆਈ ਸੀ, ਉਹ ਸਾਨੂੰ ਹੁਣ ਕਹਿ ਕੇ ਗਏ ਨੇ ਕਿ ਸਵੇਰੇ ਸਾਰੀ ਕਾਰਵਾਈ ਕਰਾਂਗੇ, ਅਤੇ ਹੁਣ ਅੱਜ ਗਏ ਨੇ ਜਿੱਦਾਂ ਜੀ ਸਾਡੇ ਗਏ ਨੇ ਉੱਥੇ, ਕਾਰਵਾਈ ਤੋਂ ਬਾਅਦ ਸਾਰਾ ਫਿਰ ਸਾਨੂੰ ਗੜਬੜ ਦਿੱਤੀ ਜਾਊਗੀ ਜੀ। ਕਿੰਨਾ ਭਾਈ ਤੁਹਾਡਾ? ਮੇਰਾ ਨਾਮ ਗੁਰਸਾਹਿਬ ਸਿੰਘ ਜੀ। ਕੀ ਘਟਨਾ ਵਾਪਰੀ ਜਿਹੜਾ ਐਕਸੀਡੈਂਟ ਹੋਇਆ? ਘਟਨਾ ਨਾ ਜੀ, ਆਉਣ ਡੇ ਸੀ ਸ਼ਾਮੀ ਉੱਧਰੋਂ ਆਪਣੀ ਡਿਊਟੀ ਤੋਂ ਤਕਰੀਬਨ, ਜਦੋਂ ਕੰਮ ਸੀ ਇਹਨਾਂ ਨੂੰ ਥੋੜ੍ਹਾ ਲੇਟ ਹੋ ਗਏ, ਅਤੇ ਉੱਧਰੋਂ ਇੱਧਰ ਆਉਣ ਡੇ ਆ, ਅਤੇ ਜਦੋਂ ਕੱਚਿਆਂ ਪੱਕਿਆਂ ਵਾਲਾ ਜਿਹੜਾ ਮੋੜ ਆ ਨਾ, ਉਹ ਬੜਾ ਥੋੜ੍ਹਾ ਡੇਂਜਰਸ ਆ, ਤੁਹਾਨੂੰ ਪਤਾ ਵੀ ਉਹ ਥੋੜ੍ਹਾ ਟੇਡਾ ਜਿਹਾ ਪੂਰਾ ਸਾਫ਼ ਨਹੀਂ ਹੈਗਾ, ਅਤੇ ਇਹ ਉਧਾਰੀਆਂ ਵੱਲੋਂ ਆਉਂਦੇ, ਅਤੇ ਜੋ ਜਿਹੜੀ ਇੱਧਰੋਂ ਗੱਡੀ ਭਿੱਖੀ ਪਿੰਡ ਸਾਈਡ ਤੋਂ ਜਾਣ ਡਈ ਹੈ ਨਾ, ਉਹਨਾਂ ਨੇ ਉਸ ਸਾਈਡ 'ਚ ਕਰ ਦਿੱਤੀ ਹੈ, ਉਹ ਆਹਮੋ ਸਾਹਮਣੇ ਜਦੋਂ ਲਾਈਟਾਂ ਵੱਜੀਆਂ ਇਹਨਾਂ ਉਹਨੂੰ ਬਚਾਉਣ ਦੇ, ਜਦੋਂ ਉਹਨੂੰ ਬਚਾਉਣ ਲੱਗੇ ਆ, ਇਹਨਾਂ ਤੋਂ ਗੱਡੀ ਸਿੱਧੀ ਜਿਹੜੀ ਉਹ ਮਤਲਬ ਨਹਿਰ ਵੱਲ ਨੂੰ ਚਲੀ ਗਈ, ਅਤੇ ਫਿਰ ਬਚਾਉਂਦਿਆਂ ਬਚਾਉਂਦਿਆਂ ਨਹਿਰ 'ਚ ਪਾਣੀ ਜ਼ਿਆਦਾ ਸੀ ਗੱਡੀ ਵਿੱਚ ਡਿੱਗਤੀ, ਅਤੇ ਬਾਅਦ ਦੇ ਵਿੱਚ ਉਹ ਜਿਹੜੀ ਗੱਡੀ ਲੋਕ ਹੋ ਗਈ ਆ, ਅਤੇ ਪਾਣੀ ਅੰਦਰ ਭਰ ਗਿਆ, ਅਤੇ ਇਹਨਾਂ ਤੋਂ ਜਿਹੜਾ ਸੀ ਉਹ ਬਾਹਰ ਨਹੀਂ ਨਿਕਲਿਆ ਗਿਆ, ਕੋਸ਼ਿਸ਼ ਕੀਤੀ ਆ, ਉਹ ਟਾਈਮ ਵੀ ਮਤਲਬ ਉਸ ਤੋਂ ਪੁਲਿਸ ਵਾਲਿਆਂ ਮੁੜ ਕੇ ਜਦੋਂ ਕਿਸੇ ਵੇਖਿਆ ਜਾਂ ਕੁਝ ਜਾਂ ਕਿਸੇ ਨੇ ਵੇਖਿਆ, ਉਹਨਾਂ ਬਾਅਦ ਦੇ ਵਿੱਚ ਪਾਣੀ ਬੰਦ ਕਰਕੇ ਉਹ ਜਿਹੜੀਆਂ ਮਸ਼ੀਨਾਂ ਲੱਗੀਆਂ, ਅਤੇ ਫਿਰ ਉਹਨਾਂ ਟਰੈਕਟਰ ਲਿਆ ਕੇ ਗੱਡੀ ਸਿੱਧੀ ਕਰਕੇ ਜਿੰਨੇ ਚਿਰ ਨੂੰ ਮਤਲਬ ਕੱਢਣ ਦੀ ਕੋਸ਼ਿਸ਼ ਕੀਤੀ ਉੱਨੇ ਚਿਰ ਨੂੰ ਫਿਰ ਇਹ ਗੁਰਜੋਤ ਸਿੰਘ ਜੀ। ਹਾਂਜੀ, ਕੀ ਦਾ ਸੀ ਪਟਵਾਰੀ ਸਾਹਿਬ? ਰਣਜੋਤ ਸਿੰਘ। ਅਤੇ ਕਿੱਥੇ ਡਿਊਟੀ ਸੀ ਇਹਨਾਂ? ਇਹਨਾਂ ਦੀ ਸੰਭਾਲ ਇੱਧਰ ਪਟਵਾਰਖਾਨੇ ਜੀ ਮੂਸੇ, ਅਤੇ ਇੱਧਰ ਪਿੰਡ ਸਰਕਲ ਸੀ ਇਹਨਾਂ ਕੋਲ। ਅਤੇ ਪਰਿਵਾਰ 'ਚ ਕੌਣ ਕੌਣ ਜੀ? ਇਹ ਪਰਿਵਾਰ ਦੇ ਵਿੱਚ ਇਹਨਾਂ ਦਾ ਇਹਨਾਂ ਦੇ ਡੈਡੀ ਜਿਹੜੇ ਉਹਨਾਂ ਦੀ ਪਹਿਲਾਂ ਹੀ, ਉਹ ਵੀ ਪਟਵਾਰੀ ਸੀ, ਉਹਨਾਂ ਦੀ ਪਹਿਲਾਂ ਹੀ ਇੱਥੇ ਐਕਸੀਡੈਂਟ ਨਾਲ ਡੈਥ ਹੋ ਗਈ, ਕੱਚੇ ਪੱਕੇ ਲੱਗ ਗਈ ਉਹਨਾਂ ਦੀ ਵੀ, ਉਹ ਵੀ ਉਦੋਂ ਤਨਖਾਹ ਲੈ ਕੇ ਵਾਪਸ ਆ ਰਹੇ ਸੀ, ਉਹਨਾਂ ਦੀ ਸਨ 2000 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ, ਅਤੇ ਹੁਣ ਆਪਣਾ ਇਹਨਾਂ ਦਾ ਇੱਕ ਛੋਟਾ ਭਰਾ ਆ, ਅਤੇ ਇਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਮਤਲਬ 1.5 ਸਾਲ ਦਾ। ਵਿਆਹ ਇਹਨੂੰ ਕਿੰਨੇ ਦਿਨ ਹੋ ਗਏ? ਕਿੰਨਾ ਚਿਰ ਹੋ ਗਿਆ? ਵਿਆਹ ਨੂੰ ਤਕਰੀਬਨ 3-3.5 ਸਾਲ ਹੋ ਗਏ ਜੀ। ਹੁਣ ਡੈਡ ਬੋਡੀ ਕਿੱਥੇ? ਡੈਡ ਬੋਡੀ ਜਿਹੜੀ ਉਹ ਸਿਵਲ ਹੋਸਪਿਟਲ ਆ ਜੀ ਪੱਟੀ, ਅਤੇ ਛੋਟਾ ਭਰਾ ਬਸ ਇਹਨਾਂ ਦਾ, ਇੱਕ ਬੱਚਾ ਬਸ ਛੋਟਾ ਪਰਿਵਾਰ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।